ਸਰਨਹਾਜ ਨਹੀਂਆਂ ਸਰਦੂਆਂ ਜ ਨਹੀਂ ਦੇਣਾ ਕੁਛ ਨਹੀਂ ਬਣਨਾ ਸਰਨਹਾਜ ਨਹੀਂ ਤਾਂ ਉਹਦੇ ਫਤੇ ਵੀਰ ਤੇ ਵੀ ਬਹੁਤ ਸਰਨਹਾਜ ਨਹੀਂਆਂ ਦਿੱਤੀਆਂ ਫੇਰ ਕਿਹੜਾ ਉਹ ਖੱਡੇ ਚ ਬੋਰਵੈਲ ਚੋਂ ਕੱਢਣ ਵਾਲੀ ਮਸ਼ੀਨ ਪਣਗੀ ਸਰਨਹਾਜ ਨਹੀਂਆਂ ਨਹੀਂ ਕੁਛ ਕਰਨੀ ਸਿਸਟਮ ਬਦਲਣਾ ਪਊਗਾ ਹੁਣ ਮੇਰੀ ਗੱਲ ਸੁਣ ਲਓ ਬਾਈ 150 ਜਣਾ ਟੱਪ ਗਿਆ ਲੈ ਹੁਣ ਮੈਂ ਇਹਨਾਂ ਦੀ ਗਰਦ ਠਾਉਣੀ ਆ ਪ੍ਰਾਈਵੇਟ ਸਕੂਲਾਂ ਦੀ ਮੇਰੀ ਗੱਲ ਸੁਣ ਲਓ ਜਦੋਂ ਤੁਸੀਂ ਸਾਡੇ ਨਾਲ ਠੇਕਾ ਮਾਰਦੇ ਹੋ ਵੀ ਭਾਈ ਤੁਸੀਂ ਆਦਾ ਬੱਚਾ ਲਾਓ ਅਸੀਂ ਸਾਲ ਦਾ ਸੁੱਥੋ ਲੱਖ ਰੁਪਇਆ ਭਰੌਣੇ ਆ ਜਦੋਂ ਤੁਸੀਂ ਸਾਡੇ ਨਾਲ ਠੇਕਾ ਕਰਦੇ ਫਿਰ ਬੈਨਾਂ ਦੀ ਵੀ ਸੋਡੀ ਜ਼ਿੰਮੇਵਾਰੀ ਆ ਇਹ ਇਹ ਜਿਹੜੇ ਬੱਚੇ ਆ ਨਾ ਬੱਚੇ ਉਹਨਾਂ ਨੂੰ ਆਰਕੈਸਟ ਵਾਲੇ ਬਣਾਈ ਫਿਰਦੇ ਆ ਤੀਜੇ ਦਿਨ ਕੋਈ ਨਾ ਕੋਈ ਫੈਕਸ਼ਨ ਰੱਖ ਲੈਂਦਾ ਸਕੂਲ ਚ ਐਸੀ ਉੱਥੇ ਯਾਰ ਜਵਾਕਾਂ ਨੂੰ ਅਸੀਂ ਨਚਾਉਣਾ ਉਹਨੇ ਆ ਸਰਨਹਾਜ ਲੀਆਂ ਸਰਦੂਂ ਜਲੀਆਂ ਦੇਣ ਨਾ ਕੁਛ ਨਹੀਂ ਬਣਨਾ ਸਰਨਹਾਜ ਲਈ ਤਾਂ ਉਹਦੇ ਫਤੇ ਵੀਰ ਤੇ ਵੀ ਬਹੁਤ ਸਰਨਹਾਜ ਲੀਆਂ ਦਿੱਤੀਆਂ ਫੇਰ ਕਿਹੜਾ ਉਹ ਖੱਡੇ ਚ ਬੋਰਵੈਲ ਚੋਂ ਕੱਢਣ ਵਾਲੀ ਮਸ਼ੀਨ ਬਣ ਗਈ ਸਰਨਹਾਜ ਲੀਆਂ ਦੇਣ ਨਾ ਕੁਛ ਨਹੀਂ ਬਣਨਾ ਆਪਾਂ ਨੂੰ ਸਿਸਟਮ ਬਦਲਣਾ ਪਊ ਵੀਰੋ ਠੀਕ ਆ ਨਵਜੋਤ ਮਹਿਤਾ ਆ ਗਿਆ ਪ੍ਰਭੂ ਆਮ ਆਦੀ ਪਾਰਟੀ ਦਾ ਘੈਂਟ ਜੋਦਾ ਸਰਨਾਜ ਨੇ ਦੇ ਕੀ ਕੀ ਕਰੋਗੇ ਯਾਰ ਫਤੇ ਬੀਰ ਵੇਲੇ ਇੰਨੀਆਂ ਸਰਨਾਜ ਨੇ ਦਿੱਤੀਆਂ ਇਸ ਦੋ ਵਾਰ ਕਿਹੜਾ ਸਰਕਾਰ ਨੇ ਸ਼ਰਮ ਮੰਨ ਕੇ ਕਿਹੜਾ ਕੋਈ ਮਸ਼ੀਨ ਬਣਾਤੀ ਵੀ ਜੇ ਹੁਣ ਬੋਰਵਲ ਚ ਬੱਚਾ ਡਿੱਗ ਪਿਆ ਉਹ ਮਸ਼ੀਨ ਨਾਲ 5 ਮਿੰਟਾਂ ਚ ਕੱਢ ਲੈਣਗੇ ਨਾ ਇਹ ਗੱਲ ਨਹੀਂ ਹੈਗੀ ਸਰਨਾਜ ਲਈ ਤਾਂ ਇਹ ਲੌਂਗ ਵਾਲ ਜਿਹੜੇ ਬੱਚੇ ਹੋਏ ਆ ਵਿਚਾਰੇ ਜਾਨ ਦਾ ਨੁਕਸਾਨ ਹੋਇਆ ਇਹਨਾਂ ਨੂੰ ਮੈਂ ਵੀ ਸਰਨਾਜ ਲਈ ਦੇਣਾ ਹੀ ਵੈਸੇ ਗੁਰੂ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਠੀਕ ਆ ਉਹਨਾਂ ਦੇ ਮਾਪਿਆਂ ਨੂੰ ਬਾਲ ਭਾਣਾ ਮੰਨਣ ਦਾ ਬਲ ਬਾਕਸੇਲਾ ਮੈਂ ਕਹਿ ਦੇਣਾ ਸਰਨਾ ਅੰਜਲੀ ਨਹੀਂ ਗੋਸ ਕਰਨੀ ਸਿਸਟਮ ਬਦਲਣਾ ਪਊਗਾ ਹੁਣ ਮੇਰੀ ਗੱਲ ਸੁਣ ਲਓ ਬਾਈ 150 ਜਣਾ ਟੱਪ ਗਿਆ ਲੈ ਹੁਣ ਮੈਂ ਇਹਨਾਂ ਦੀ ਗਰਦ ਠਾਉਣੀ ਆ ਪ੍ਰਾਈਵੇਟ ਸਕੂਲਾਂ ਦੀ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਜਿਹੜੇ ਮਾਲਕਾ ਉਹ ਰਲੇ ਵਿਆ ਪ੍ਰਾਈਵੇਟ ਸਕੂਲਾਂ ਦੇ ਮਾਲਕ ਰਲੇ ਵਿਆ ਮੰਤਰੀਆਂ ਨਾਲ ਸਿੱਧਾ ਕਹਿਣਾ ਠੋਕ ਕੇ ਜਿਹਨੇ ਕੁਛ ਕਰਨਾ ਕਰ ਲੋ ਪ੍ਰਾਈਵੇਟ ਸਕੂਲ ਸਕੂਲਾਂ ਦੇ ਜਿਹੜੇ ਮਾਲਕਾਂ ਮੰਤਰੀਆਂ ਨਾਲ ਰਲੇ ਵਿਆ ਤਿਕਾ ਮੰਤਰੀ ਨੂੰ ਵੀ ਚਾਹੀਦਾ ਵੀ ਆਪਦੇ ਹਿਸਾਬ ਨਾਲ ਇਹ ਫੀਸਾਂ ਵਧਾਈ ਜੰਨੇ ਆ ਸਾਰਿਆਂ ਨੂੰ ਵੱਡੀ ਜਿਹੜੀ ਨਲਾਇਕੀ ਆ ਸਰਕਾਰ ਦੀ ਆ ਜੇ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਪੱਠਾ ਵਹਾਇਆ ਤਾਂ ਇਹਨਾਂ ਨੇ ਪ੍ਰਾਈਵੇਟ ਬਿਜ਼ਨਸ ਖੋਲ੍ਹਿਆ ਵੀਰੋ ਜਿਵੇਂ ਬਾਬਾ ਜਿਹੜਾ ਇੱਕ ਬਾਬਾ ਪੁੱਸ ਦਿੰਦਾਗਾ ਬਹਿ ਕੇ ਪੁੱਸਾ ਦਿੰਦਾ ਵੀ ਮੈਂ ਐ ਕਰ ਦੂੰ ਐ ਕਰ ਦੂੰ ਜਿਵੇਂ ਉਹ ਅਮਰ ਬੇਲ ਮੰਗੂ ਆਪਦਾ ਕੰਮ ਵਧਾ ਲੈਂਦਾ ਨਾ ਲੋਕ ਪਿੰਡਾਂ ਦੇ ਪਿੰਡ ਜਾਣ ਲੱਗ ਜਾਂਦੇ ਵੀ ਉੱਥੇ ਬਾਬਾ ਆਏਗਾ ਪੁੱਸ ਦਿੰਦਾ ਵੀ ਬਹੁਤ ਸਿਆਣਾ ਆਇਆਗਾ ਅਸੀਂ ਕਮਲਿਆ ਯਾਰ ਵੀ ਉਹ ਸਿਆਣਾਗਾ ਵੀ ਜਿਵੇਂ ਬਾਬਾ ਉਥੇ ਪੁੱਸਾ ਦਿੰਦਾ ਓਵੇਂ ਆਮਰ ਬੇਲ ਵਾਂਗੂ ਇਹਨਾਂ ਦਾ ਬਿਜ਼ਨਸ ਵੱਧ ਗਿਆ ਆਮਰ ਬੇਲ ਨਹੀਂ ਬਾਦੀ ਹੁੰਦੀ ਜਿਵੇਂ ਘੰਟੇ ਚੋਹ ਜਾਂਦੀ ਆ ਓਵੇਂ ਇਹਨਾਂ ਦਾ ਬਿਜ਼ਨਸ ਵੱਧ ਗਿਆ ਪ੍ਰਾਈਵੇਟ ਸਕੂਲਾਂ ਦਾ ਪ੍ਰਾਈਵੇਟ ਸਕੂਲ ਆ ਜਿਹੜੇ ਇਹਨਾਂ ਦੇ ਮਾਲਕ ਮੰਤਰੀਆਂ ਨਾਲ ਰਲੇ ਵਿਆ ਕਿੰਨਾ ਇਹਨਾਂ ਨੇ ਗੰਦ ਪਾਸ ਢਿਆਵ ਦੇ ਹਿਸਾਬ ਨਾਲ ਹੀ ਫੀਸਾਂ ਵਧਾਈ ਜਾਂਦੇ ਆ ਕੋਈ ਕਿਸੇ ਨੂੰ ਪੁੱਛਦੇ ਨਹੀਂ ਇਹਨਾਂ ਨੇ ਬਿਜ਼ਨਸ ਬਣਾ ਲਿਆ ਮੇਰੀ ਗੱਲ ਸੁਣ ਲਓ ਜਦੋਂ ਤੁਸੀਂ ਸਾਡੇ ਨਾਲ ਠੇਕਾ ਮਾਰਦੇ ਹੋ ਬੀਪਾ ਇਹ ਤੁਸੀਂ ਆਦਾ ਬੱਚਾ ਲਾਓ ਅਸੀਂ ਸਾਲ ਦਾ ਥੋ ਲੱਖ ਰੁਪਇਆ ਭਰੌਣੇ ਆ ਜਦੋਂ ਤੁਸੀਂ ਸਾਡੇ ਨਾਲ ਠੇਕਾ ਕਰਦੇ ਫਿਰ ਬੈਨਾਂ ਦੀ ਵੀ ਛੋਟੀ ਜ਼ਿੰਮੇਵਾਰੀ ਆ ਤੁਸੀਂ ਦੇਖ ਕੇ ਨਹੀਂ ਲਾਉਣੇ ਆ ਵੀ ਆ ਬੈਨਾਂ ਦਾ ਮਾਡਲ ਆ ਵੀ ਇਹਨਾਂ ਨੂੰ ਲਾਈਏ ਸਰਨਾਜਲੀ ਦੇ ਇਹਨਾਂ ਕੁਝ ਨਹੀਂ ਮੰਨਣਾ ਫਤਿਹ ਵੀਰ ਵੇਲੇ ਵੀ ਬਹੁਤ ਸਰਨਾਜਨੇ ਦਿੱਤੀਆਂ ਸਰਨਾਜਨੇ ਦੇਈ ਜਾਵਾਂਗੇ ਬਹੁਤ ਲੋਕ ਮਰੀ ਜਾਂਦੇ ਇੱਥੇ ਸਰਨਾਜਨੇ ਦੇ ਚਲੋ ਅੱਜ ਲੌਂਗਾਂ ਵਾਲੇ ਬੱਚਾ ਨੇ ਬੱਚਿਆਂ ਨੂੰ ਵੀ ਸਰਨਾਜਨੀਆਂ ਦੇ ਦਿੰਨੇ ਆ ਪਰ ਸਰਨਾਜਲੀ ਦੇਣਾ ਕੁਝ ਨਹੀਂ ਬਣਦਾ ਬਾਈ ਜੇ ਕਰਨਾ ਪਊ ਸਿਸਟਮ ਚੇਂਜ ਕਰਨਾ ਪਊ ਸਰਕਾਰ ਦੀ ਨਲਾਇਕੀ ਨੇ ਸਰਕਾਰੀ ਸਕੂਲ ਫੇਲ ਕੀਤੇ ਪ੍ਰਾਈਵੇਟ ਇਹ ਸੱਪ ਸਾਨੂੰ ਡੰਗਣ ਆ ਗਏ ਇਹਨਾਂ ਦੇ ਜਿਹੜੇ ਮਾਲਕਾਂ ਇਹ ਮੰਤਰੀਆਂ ਨਾਲ ਰਲੇ ਵਿਆ ਖੁੱਲੀਆਂ ਫੀਸਾਂ ਵਧਾਉਂਦਿਆ ਇੱਕ ਇਹਨਾਂ ਦਾ ਹੋਰ ਦੇਖੋ ਪ੍ਰਾਈਵੇਟ ਸਕੂਲਾਂ ਦਾ ਤੇ ਬਾਈ ਬਣਾ ਖਿੱਚ ਕੇ ਸ਼ੇਅਰ ਕਰ ਦਿਓ ਜਿੰਨੇ ਜਾਣੇ ਦੇਖੀ ਜਾਂਦਾ ਠੀਕ ਆ ਬਹੁਤ ਗੰਭੀਰ ਐ ਸੀਰੀਅਸ ਮੁੱਦਾ ਹੈਗਾ 400 ਜਾਨਾ ਦੇਖਦਾ 400 ਜਾਨਾ ਇੱਕ ਇੱਕ ਸ਼ੇਅਰ ਮਾਰ ਦਿਓ 400 ਸ਼ੇਅਰ ਵਗ ਜੂ ਪ੍ਰਾਈਵੇਟ ਦੇ ਸਕੂਲਾਂ ਕੋਲੇ ਦੇ ਮਾਲਕਾਂ ਕੋਲੇ ਪ੍ਰਿੰਸੀਪਲਾਂ ਕੋਲੇ ਇਹ ਗੱਲ ਪਹੁੰਚਣੀ ਚਾਹੀਦੀ ਆ ਸਿੱਧਾ ਕਹਿਣਾ ਮੈਂ ਠੋਕ ਕੇ ਵੀ ਇਹ ਰਲੇਵੇ ਆ ਮੰਤਰੀਆਂ ਨਾਲ ਪ੍ਰਾਈਵੇਟ ਸਕੂਲਾਂ ਦੇ ਮਾਲਕ ਆਪਦੇ ਸਾਹਮਣੇ ਫੀਸ ਵਧਾਈ ਜਾਂਦੇ ਆ ਫਿਰ ਇਹਨਾਂ ਨੇ ਇੱਕ ਹੋਰ ਕੰਮ ਚੱਕਿਆਗਾ ਲਾ ਇਹਨਾਂ ਨੇ ਇੱਕ ਹੋਰ ਕੰਮ ਚੱਕਿਆ ਵੈਗਾ ਹੋਰ ਤੁਹਾਨੂੰ ਦੱਸਦਾ ਮੈਂ ਇਹਨਾਂ ਦਾ ਸਾਰਿਆਂ ਨੂੰ ਨਲਾਇਕੀ ਦਾ ਕੰਮ ਇਹ ਜਿਹੜੇ ਬੱਚੇ ਆ ਨਾ ਬੱਚੇ ਉਹਨਾਂ ਨੂੰ ਆਰਕੈਸਟ ਵਾਲੇ ਬਣਾਈ ਫਿਰਦੇ ਆ ਤੀਜੇ ਦਿਨ ਕੋਈ ਨਾ ਕੋਈ ਫੰਕਸ਼ਨ ਰੱਖ ਲੈਂਦਾ ਸਕੂਲ ਚ ਅਸੀਂ ਉੱਥੇ ਯਾਰ ਜਵਾਕਾਂ ਨੂੰ ਅਸੀਂ ਨਚਾਉਣਾ ਉਹਨੇ ਆ ਤੁਸੀਂ ਸਾਡੇ ਜਵਾਕਾਂ ਨੂੰ ਪੜਾਓ ਫਿਰ ਇੱਕ ਇਹਨਾਂ ਨੇ ਹੋਰ ਕੰਮ ਚਲਾਇਆ ਵਾ ਤੀਜੇ ਦਿਨ ਟੂਰ ਟੂਰ ਖਿੱਚ ਦਿੰਦੇ ਆ ਵੀ ਅਸੀਂ ਸੋਨੂੰ ਚੰਡੀਗੜ੍ਹ ਕਮਾਉਣੇ ਆ ਉਹ ਕਮਾਉਣੇ ਆ ਉਹ ਕਮਾਉਣੇ ਆ ਉਹ ਯਾਰ ਜਦੋਂ ਜੇ ਬੱਚੇ ਪੜ੍ਹ ਲਿਖ ਕੇ ਨੌਕਰੀਆਂ ਤੇ ਲਾਗੇ ਸਾਡੇ ਬੱਚੇ ਆਪ ਹੀ ਘੁੰਮ ਲੈਣਗੇ ਯਾਰ ਸਾਨੂੰ ਕੀ ਲੋੜਾ ਸਾਡੇ ਬੱਚੇ ਤੁਸੀਂ ਸਾ ਤੋਂ ਤੀਜੇ ਦਿਨ ਫੀਸ ਵਧਾ ਦਿੰਨੇ ਹੋ ਫਿਰ ਕਹਿੰਦੇ ਵੀ ਛੋਡੇ ਬੱਚਿਆਂ ਨੂੰ ਟੂਰ ਤੇ ਲੈ ਕੇ ਆਣਾ ਜੀ ਪੈਸੇ ਭਰੋ ਛੋਡੇ ਬੱਚਿਆਂ ਨੂੰ ਅਸੀਂ ਜੀ ਫੰਕਸ਼ਨ ਕਰਾਉਣਾਗਾ ਉ ਅਸੀਂ ਨਹੀਂ ਨਚਾਉਣਾ ਸਕੂਲ ਚ ਪ੍ਰਾਈਵੇਟ ਸਕੂਲਾਂ ਵਾਲੇ ਨੂੰ ਸਿੱਧਾ ਕਹਿੰਦੇ ਆ ਜੇ ਪ੍ਰਾਈਵੇਟ ਸਕੂਲ ਵਾਲਾ ਕੋਈ ਪੰਜਾਬੀ ਵੀ ਨਹੀਂ ਬੋਲਣ ਦਿੰਦੇ ਪ੍ਰਾਈਵੇਟ ਸਕੂਲ ਚ ਜੇ ਪ੍ਰਾਈਵੇਟ ਸਕੂਲ ਚ ਕੋਈ ਵੀ ਬੰਦਾ ਇਹ ਸਕੂਲਾਂ ਦੇ ਮਾਲਕ ਜਾਂ ਪ੍ਰਿੰਸੀਪਲ ਕੋਈ ਕਿਸੇ ਕਿਸਮ ਦਾ ਗੰਦ ਪਾਉਂਦੇ ਆ ਮੈਨੂੰ ਸੱਦੋ ਮੈਂ ਪ੍ਰਾਈਵੇਟ ਸਕੂਲ ਚ ਜਿਹੜਾ ਕੋਸੇ ਚੱਲਦਾ ਪ੍ਰਾਈਵੇਟ ਸਕੂਲਾਂ ਦੇ ਸਕੂਲ ਚ ਜਾ ਕੇ ਲੈਵ ਹੂੰਗਾ ਹੁਣ ਵਿੱਚ ਤਰਕ ਦੇ ਹੀ ਜਾਂਦੇ ਆ ਵੀ ਯਾਰ ਜਿਹੜੇ ਮਾਂ ਪਿਓ ਉਹਨਾਂ ਨੂੰ ਬੈਂਨਾ ਦੀ ਨਿਗਰਖਨੀ ਚਾਹੀਦੀ ਆ ਬੈਂਨਾ ਚੈੱਕ ਕਰਨੀਆਂ ਚਾਹੀਦੀਆਂ ਜਿਹੜੇ ਮਾਂ ਪਿਓ ਆ ਮਾਂ ਜਿਹੜੇ ਮਾਪਿਓ ਆ ਉਹ ਬੈਨਾ ਕਿਉਂ ਚੱਕ ਕਰਨ ਮੈਨੂੰ ਐ ਦੱਸਿਓ ਮੜਾ ਜਾ ਉਹ ਬੈਨਾ ਕਿਉਂ ਚੱਕ ਕਰਨ ਜਿਹੜੇ ਸਕੂਲਾਂ ਨਾਲ ਅਸੀਂ ਠੇਕਾ ਕਰਦੇ ਆਂ ਵੀ ਅਸੀਂ ਸੋਨੂੰ ਭਾਈ ਸਾਲ ਦਾ ਆਪਦੇ ਬੱਚੇ ਦਾ ਲੱਖ ਰੁਪਇਆ ਦੇਵਾਂਗੇ 50000 ਰੁਪਇਆ ਦੇਵਾਂਗੇ ਉਹਨਾਂ ਦਾ ਹੱਕ ਆ ਜਿਹੜੇ ਸਕੂਲਾਂ ਦੇ ਸਕੂਲਾਂ ਦੇ ਮਾਲਕ ਆ ਉਹ ਮੰਤਰੀਆਂ ਨਾਲ ਰਲ ਕੇ ਪੈਸੇ ਖਾ ਰਹੇ ਆ ਵੱਧ ਤੋਂ ਵੱਧ ਫੀਸਾਂ ਵਧਾਈ ਜਾਂਦੇ ਆ ਤੇ ਇੱਕ ਗੱਲ ਹੋਰ ਆ ਇਹਨਾਂ ਨੇ ਜਿਹੜੇ ਨਾ ਇਹਨਾਂ ਨੇ ਇੱਕ ਹੋਰ ਸਾਰਿਆਂ ਨੂੰ ਬੇਕਾਰ ਕੰਮ ਕਰ ਛੱਡਿਆ ਜਿਹੜੇ ਸਕੂਲਾਂ ਚ ਮੈਡਮਾਂ ਰੱਖੀਆਂ ਜਾਂ ਮਾਸਟਰ ਰੱਖਿਆ ਉਹਨਾਂ ਨੂੰ ਇਹ ਦਿੰਦੇ ਆ ਉਹਨਾਂ ਤੋਂ 10ਕਦ ਕਰਾ ਲੈਂਦੇ ਵੀ ਸੁਣੋ ਸੀ 15-15000 ਤਨਖਾਹ ਦਿੰਦੇ ਆ 10-10000 ਤਨਖਾਹ ਦਿੰਦੇ ਆ ਠੀਕ ਹੈ ਵੀਰੋ ਵੀਡੀਓ ਸ਼ੇਅਰ ਕਰ ਦਿਓ ਸੱਚ ਆ ਇਹ ਕੌੜਾ ਉਹਨਾਂ ਨੂੰ ਇਹ ਤਨਖਾਹ ਸਾਰੀ 4-4 5-5000 ਦਿੰਦੇ ਆ ਉਹਨਾਂ ਤੋਂ ਮੈਡਮ ਮਾਸਟਰ ਤਾਂ ਤੋਂ ਪ੍ਰਾਈਵੇਟ ਸਕੂਲਾਂ ਦੇ ਮਾਲਕ ਜਾਂ ਪ੍ਰਿੰਸੀਪਲ ਦਸਕਤ ਕਰਾ ਆਂਦੇ ਆ ਵੀ ਸੋਨਾਂ ਨੂੰ 15000 ਦਿੰਨੇ ਆ ਦਿੰਦੇ ਆ ਇਹ 5-5000 ਆ ਅਗਲਾ ਕਹਿੰਦਾ ਘਰੇ ਬੇਲੇ ਬੈਠੇ ਆ ਬੇਰਜਗਾਰੀ ਵਾਲੀ ਆ ਅਗਲਾ ਕਹਿੰਦਾ ਐਮਏ ਬੀਏ ਪੜ੍ਹੇ ਹੋਏ ਆ ਮਾਸਟਰੀ ਦਾ ਕੋਰਸ ਕੀਤਾਗਾ ਚੱਲ ਲੱਗ ਜਾਂਦੇ ਆ ਠੀਕ ਆ ਵੀਰੋ ਬੁਰੀ ਹਾਲਤ ਆ ਸਕੂਲਾਂ ਦਾ ਠੀਕ ਆ ਬਾਈ ਸਾਰੇ ਸਕੂਲਾਂ ਚ ਕਵਾੜ ਗੱਡੀਆਂ ਬਾਈ ਹੁਣ ਸਾਰੇ ਕਹੀ ਜਾਂਦਾ ਵੀ ਮਾਪਿਓ ਨੂੰ ਚਾਹੀਦਾ ਜੀ ਬੈਨਾਂ ਚੱਕ ਕਰਨੀਆਂ ਸਕੂਲ ਦੀਆਂ ਕਿਉਂ ਮਾਪਿਓ ਚੱਕਰੇ ਜਦ ਸਕੂਲ ਵਾਲੇ ਸਾਡੇ ਨਾਲ ਠੇਕਾ ਕਰਦੇ ਵੀ ਲੱਖ ਰੁਪਏ ਭਰੋ ਬਾਈ ਸਾਲ ਦਾ ਬੱਚੇ ਦਾ ਤੁਸੀਂ ਬੈਨਾਂ ਚੱਕ ਕਰੋ ਤੁਸੀਂ ਸਹੀ ਮਾਡਲ ਵਾਲੀਆਂ ਬੈਨਾਂ ਲਓ ਤੁਸੀਂ ਜਿਹੜੇ ਡਰਾਈਵਰ ਰੱਖੇ ਉਹਨਾਂ ਨੂੰ ਚੈੱਕ ਕਰੋ ਵੀ ਉਹ दारू ਪੀਂਦੇ ਆ ਕੀ ਕਰਦੇ ਆ ਜਿਹੜੇ ਬੈਨਾਂ ਦੇ ਡਰਾਈਵਰ ਆ ਉਹਨਾਂ ਨੂੰ ਵੀ ਸਕੂਲ ਵਾਲੇ ਦਾ ਹੱਕ ਆ ਚੈੱਕ ਕਰਨ ਦਾ ਅਸਲ ਪਹਿਲਾਂ ਤਾਂ ਸਰ ਨਾਲ ਵੱਡੀ ਨਲੇਕੀ ਸਰਕਾਰ ਦੀ ਆ ਜਿਨ੍ਹਾਂ ਨੇ ਸਰਕਾਰੀ ਸਕੂਲਾਂ ਦਾ ਪੱਠਾ ਬਹਾਇਆ ਅਸੀਂ ਮਜਬੂਰ ਹੋਏ ਪ੍ਰਾਈਵੇਟ ਸਕੂਲਾਂ ਚ ਚਲਾਉਣ ਨੂੰ ਪ੍ਰਾਈਵੇਟ ਸਕੂਲਾਂ ਨੇ ਆਦਾ ਬਿਜ਼ਨਸ ਬਣਾ ਲਿਆ ਪੀਸਾਂ ਬਿਦਾਈ ਜਾਂਦੇ ਤੀਜੇ ਦਿਨ ਨੱਚਣ ਗਾਉਣ ਦਾ ਪ੍ਰੋਗਰਾਮ ਰੱਖ ਲੈਂਦੇ ਆ ਤੀਜੇ ਦਿਨ ਟੂਰ ਰੱਖ ਲੈਂਦੇ ਆ ਅਸੀਂ ਯਾਰ ਆ ਉਹ ਜਵਾਕ ਨੱਚਣ ਲਾਉਣੇ ਆ ਟੂਰ ਤੋਂ ਅਸੀਂ ਗਿ ਲੈਣਾ ਚੰਡੀਗੜ੍ਹ ਘੁਮਾ ਦਿੰਨੇ ਆ ਅਸੀਂ ਉਹ ਕਰ ਦਿੰਨੇ ਆ ਅਸੀਂ ਟੂਰ ਤੇ ਬੱਚੇ ਭੇਜ ਕੇ ਕੀ ਕਰਨਾ ਮੈਨੂੰ ਇਹ ਦੱਸ ਦੇ ਬੱਚੇ ਭੇਜ ਕੇ ਅਸੀਂ ਟੂਰ ਤੇ ਕੀ ਕਰਨਾ ਸਾਡੇ ਬੱਚੇ ਇਹ ਦੂ ਪੜ੍ਹ ਲਿਖ ਗਏ ਨੌਕਰੀਆਂ ਤੇ ਲੱਗ ਗਿਆ ਭੀ ਟੂਰਾਂ ਤੇ ਭਗ ਜਾਣਗੇ ਇਹਨਾਂ ਨੇ ਗੰਦ ਪਾ ਸਾਡਾ ਜਿਹੜਾ ਵੀ ਸਕੂਲ 'ਚ ਗੰਦ ਪਊਗਾ ਮੈਨੂੰ ਸਦਾ ਮੈ ਲਾਈਵ ਹੂੰ ਸਕੂਲ ਦੇ ਵਿਰੋਧਾ ਠੀਕ ਹੈ ਪ੍ਰਿੰਸੀਪਲ ਸਕੂਲਾਂ ਦੇ ਮਾਲਕ ਰਲੇ ਵੇ ਇਨ੍ਹਾਂ ਨਾਲ ਲੀਡਰਾਂ ਨਾਲ ਖਾ ਕੇ ਲੁੱਟ ਕੇ ਪੰਜਾਬ ਨੂੰ ਇਹ ਪਹਿਲਾਂ ਤਾਂ ਜੇ ਸਰਕਾਰੀ ਸਕੂਲਾਂ ਦਾ ਨਾਂ ਪੱਠਾ ਵੇਂਦਾ ਤੇ ਸਾਨੂੰ ਇਨ੍ਹਾਂ ਤੇ ਲਾਉਣ ਦੀ ਲੋੜ ਹੀ ਨਹੀਂ ਸੀ ਜਿੰਨਾ ਮੈਂ ਤਾਂ ਐਂ ਕਹਿੰਦਾ ਵੀ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਆਪਦੇ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਪਈਆਂ ਆਪਦੇ ਮਾਸਟਰ ਤੁਸੀਂ ਆਪ ਰੱਖ ਲਓ ਯਾਰ ਜਿੰਨਾ ਉਹਦਾ ਬੈਨਾਂ ਦਾ ਖਰਚਾ ਇੰਨੇ ਇੰਨੇ ਖਰਚੇ ਨਾਲ ਤੁਸੀਂ ਮਾਸਟਰਾਂ ਦੀ ਤਨਖਾਹ ਦੇ ਦਿਆ ਕਰੋਗੇ ਪਿੰਡ ਵਾਲੀਆਂ ਸਰਕਾਰੀ ਸਕੂਲਾਂ ਦੀਆਂ ਬਿਲਡਿੰਗਾਂ ਬੇਲੀਆਂ ਪਈਆਂ ਸਰਕਾਰ ਨੇ ਮਾਸਟਰ ਤਾਂ ਉੱਥੇ ਰੱਖੀ ਨਹੀਂ ਤੁਸੀਂ ਆਪ ਦੇ ਆਪ ਰੱਖ ਲਓ ਠੀਕ ਹੈ ਹੁਣ ਉਹਨਾਂ ਨੂੰ ਸਰਨਾਜਲੀ ਦਾ ਫਤਿਹ ਵੀਰ ਨੂੰ ਉਥੇ ਬੋਰਵੈਲ ਚ ਡਿੱਗਿਆ ਸੀ ਬਹੁਤ ਦਿੱਤੀਆਂ ਸਰਨਾਜਲੀਆਂ ਉਹਨੂੰ ਬੋਰ ਚੋਂ ਕੱਢਣ ਵਾਲੀ ਕੋਈ ਮਸ਼ੀਨ ਬਣਾ ਲਈ ਸਰਕਾਰ ਨੇ ਸਰਨਾਜਲੀ ਹੁਣ ਲੌਂਗ ਵਾਲੇ ਬੱਚਿਆਂ ਨੂੰ ਦੀ ਜਾਂਦੇ ਲੌਂਗ ਵਾਲਾਂ ਨੂੰ ਸਰਨਾਜਲੀ ਦੇ ਕੇ ਕਰੋ ਇਹੀ ਕੀ ਲਾ ਮੈਂ ਦੇ ਦੇਣਾ ਸਰਨਾਜਲੀ ਵੀ ਵੈਸੇ ਗੁਰੂ ਕਿਰਪਾ ਰੱਖੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਵਾਹੇ ਲਾ ਦੇ ਦਿੰਨੇ ਸਰਨਾਜਲੀ ਨਾਲ ਕੁਝ ਹੋ ਜੂ ਸਿਸਟਮ ਬਦਲਣਾ ਪਊ ਸਿਸਟਮ ਪ੍ਰਾਈਵੇਟ ਸਕੂਲਾਂ ਨੇ ਜਿਹੜਾ ਗੰਦਪਾਤ ਆ ਕੋਈ ਪਾ ਨਹੀਂ ਸਕਦਾ ਭਾਈ ਫਿਰ ਜੇ ਮੇਰੀ ਗੱਲ ਸੁਣ ਲਓ ਜਦੋਂ ਤੁਸੀਂ ਸਾਡੇ ਨਾਲ ਠੇਕਾ ਕਰਦੇ ਹੋ ਮੈਂ ਤੁਸੀਂ ਕਹੋਗੇ ਵੀ ਦੁਬਾਰੇ ਦੁਬਾਰੇ ਰਹਿੰਦਾ ਬਾ ਉਹ ਗੱਲਾਂ ਬੋਲਦਾ ਭਾਈ ਜਿਹੜੇ ਨਵੇਂ ਬੰਦੇ ਜੁੜਦੇ ਆ ਉਹਨਾਂ ਨੂੰ ਦੱਸ ਰਿਆਂਗਾ ਤੁਸੀਂ ਸਾਡੇ ਨਾਲ ਠੇਕਾ ਮਾਰਦੇ ਹੋ ਵੀ ਅਸੀਂ ਸਾਲ ਦਾ ਬੱਚੇ ਦਾ ਇੰਨੇ ਰੁਪਏ ਲਵਾਂਗੇ ਫਿਰ ਬੈਨਾਂ ਵੀ ਤੁਸੀਂ ਚੈੱਕ ਕਰੋ ਮਾਂ ਪਿਓ ਕੋ ਚਾ ਵਿੱਚ ਲੋਕ ਕਮੈਂਟ ਕਰੀ ਜਾਂਦਾ ਜੀ ਮਾਂ ਪਿਓ ਜਾਵੇ ਸਕੂਲ ਚ ਪਤਾ ਲਵੇ ਬੈਨਾਂ ਚੱਕ ਕਰਿਓ ਕਰੇ ਓਏ ਅਸੀਂ ਲਈ ਜਾਂਦੇ ਪਤਾ ਸਾਥੋਂ ਆਪਦੇ ਕੰਮ ਇੰਨੀ ਮਹਗਾਈ ਬਧੀ ਪਿਆ ਸਾਥੋਂ ਆਪਦੀ ਖੇਤੀਬਾੜੀ ਹੋਰ ਸਿਸਟਮ ਵੀ ਨਹੀਂ ਸੈੱਟ ਆਉਂਦਾ ਅਸੀਂ ਕਿੱਥੇ ਕਿੱਥੇ ਤੁਰੇ ਫਿਰਿਏ ਇਹਨਾਂ ਇੱਕ ਕਰਨ ਵੀ ਬੈਨ ਕਿੰਨੇ ਮਾਡਲ ਆ ਵੀ ਡਰਾਈਵਰ ਸ਼ਰਾਬ ਤਾਂ ਨਹੀਂ ਪੀਂਦਾ ਡਰਾਈਵਰ ਨੂੰ ਕੋਈ ਬਿਮਾਰੀ ਤਾਂ ਨਹੀਂ ਕਈ ਵਾਰ ਡਰਾਈਵਰ ਦਾ ਕੋਈ ਗੁਰਦਾ ਫੇਲ ਹੋਵੇ ਇਹ ਭਾਈ ਸਾਹਿਬ ਉਹਨੂੰ ਬੈਨ ਫੜਾਉਂਦੇ ਉਹਦਾ ਕਹੇ ਦੇ ਵਿੱਚ ਮਰੂ ਗਈ ਠੀਕ ਹੈ ਗੱਲਾਂ ਇਹ ਆ ਭਾਈ ਖਿੱਚ ਕੇ ਸਿਆਰ ਕਰ ਦੋ ਮੈਂ ਸਿੱਧਾ ਕਹਣਾ ਵੀ ਪ੍ਰਾਈਵੇਟ ਸਕੂਲਾਂ ਨੇ ਗੰਦ ਪਾ ਛੱਡਿਆ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਨੇ ਮੰਤਰੀਆਂ ਨਾਲ ਰਲੇ ਵੇ ਸਰੇ ਗੰਦ ਪਾਉਂਦਿਆ ਇੰਨੇ ਨੇ ਭੀਸਾਂ ਯਾਰ ਠੀਕ ਹੈ ਤੀਜੇ ਦਿਨ ਪ੍ਰੋਗਰਾਮ ਰੱਖ ਲੈਂਦੇ ਆ ਫਕਸਨ ਨੱਚਣ ਗਾਉਣ ਦਾ ਤੀਜੇ ਦਿਨ ਟੂਰ ਰੱਖ ਲੈਂਦੇ ਆ ਅਸੀਂ ਟੂਰਾਂ ਤੇ ਜਾ ਕੇ ਕਿਉਂ ਭੇਜ ਗਏ ਯਾਰ ਅਸੀਂ ਕਿਉਂ ਉਹਨਾਂ ਨੂੰ ਨੱਚਣ ਗਾਉਣ ਲਈਏ ਠੀਕ ਹੈ ਜਰ ਜਦੋਂ ਪੜ ਲੈ ਕੇ ਸਾਡੇ ਬੱਚੇ ਨੌਕਰੀਆਂ ਤੇ ਲੱਗ ਗਿਆ ਆਪੀ ਫਕਸਨ ਕਰ ਲੈਣਗੇ ਆਪੀ ਟੂਰਾਂ ਤੇ ਵਗ ਜਾਣਗੇ ਯਾਰ ਸੋਨੂ ਕੀ ਲੋੜ ਠੀਕ ਹੈ ਹਾਂ ਸਕੂਲ ਵੀ ਵੱਡੇ ਬੰਦਿਆਂ ਦੇ ਆ ਬਾਕੀ ਇੱਕ ਗੱਲ ਹੋਰ ਆ ਵੀਰੇ ਹੁੰਦਾ ਸਾਡੇ ਨਾਲ ਹੀ ੱਤਕਾ ਜਿਹੜੇ ਤਗੜੇ ਲੋਕ ਆ ਉਹਨਾਂ ਦੇ ਤਾਂ ਬੱਚਿਆਂ ਨੂੰ ਛੱਡ ਕੇ ਵੀ ਗਨਮੈਨ ਆਉਂਦੇ ਆ ਲੈ ਕੇ ਵੀ ਗਨਮੈਨ ਆਉਂਦੇ ਆ ਇਹ ਹੁੰਦਾ ਸਾਡੇ ਨਾਲ ਹੀ ਆ ਹਾਇ ਤਾਂ ਲੋਕਾਂ ਦਾ ਕਸੂਰ ਆ ਬਾਈ ਲੋਕ ਯਾਰ ਸੰਘਰਸ਼ੀ ਨਹੀਂ ਕਰਦੇ ਕੋਈ ਹੁਣ ਜਿਹੜਾ ਵੀ ਸਕੂਲ ਗੰਦ ਪਾਉ ਮੈਨੂੰ ਸਦੋਂ ਮਾਇਆ ਹੁੰਨਾ ਲੈ ਵੈਨਾਂ ਦੇ ਵਿਰੋਧਾ ਪੰਜਾਬੀ ਇਹ ਨਹੀਂ ਬੋਲਣ ਦੇ ਤੀਜੇ ਦਿਨ ਫੈਕਸ਼ਨ ਇਹ ਰੱਖ ਲੈਂਦਾ ਟੂਰ ਰੱਖ ਲੈਂਦੇ ਆ ਫੇਰ ਇਹ ਸਾਥੋਂ ਫੀਸਾਂ ਭਰਾਈ ਜਾਂਦਾ ਵੀ ਅਸੀਂ ਫੈਕਸ਼ਨ ਕਰਾਉਣਾ ਜੀ ਅਸੀਂ ਟੂਰ ਤੇ ਲੈ ਕੇ ਜਾਣੇ ਆ ਬਾਈ ਮੈਂ ਸਿੱਧਾ ਹੱਕ ਠੋਕ ਕੇ ਕਹਿਣਾ ਵੀ ਇਹਨਾਂ ਦੇ ਇਹਨਾਂ ਨੂੰ ਘੇਰੋ ਯਾਰ ਇੰਨੀ ਨਹੀਂ ਫੀਸਾਂ ਲਈ ਜਾਂਦੇ ਆ ਤੇ ਮੁੜ ਕੇ ਕੋਈ ਇਹਨਾਂ ਕੋਲੇ ਬੈਣਾ ਨਹੀਂ ਸਹੀ ਸਿਸਟਮ ਨਹੀਂ ਸਹੀ ਠੱਕੇ ਨਾਲ ਠੇਕਾ ਮਾਰ ਲੈਂਦੇ ਵੀ ਤੁਹਾਡਾ ਬੱਚਾ ਸਾਲ ਪੜਾਵਾਂਗੇ ਭਰ ਜੋ 1.5 ਲੱਖ ਹਰੇਕ ਘਰ ਚੋਂ 70 70000 80000 ਰੁਪਇਆ ਜਾਈ ਜਾਂਦਾ ਪ੍ਰਾਈਵੇਟ ਸਕੂਲਾਂ ਦੀ ਇੰਨੀ ਲੋਟਾ ਥੱਲੇ ਉਹੀ ਨੇ ਵਿੱਚ ਜਿਵੇਂ ਕਣਕ ਚ ਗੁੱਲੀ ਡੰਡਾ ਉੱਗਿਆ ਹੁੰਦਾ ਐ ਆ ਕੇ ਥੱਲੇ ਕਮੈਂਟ ਕਰ ਲੱਗੇ ਜਾਂਦਾ ਇੱਕ ਬਾਈ ਕਹਿੰਦਾ ਕੋਈ ਨਾ ਰੰਦਾਵੇ ਐ ਬਿਮਾਰੀ ਵਾਲਾ ਡਰਾਈਵਰ ਨੂੰ ਬੈਣ ਕਿਵੇਂ ਫੜਾ ਦੇਣਗੇ ਕੋਈ ਤੇ ਬਾਈ ਲਿਖ ਕੇ ਲਾਇਆ ਵੀ ਇਹਨੂੰ ਬਿਮਾਰੀ ਆਈ ਹੈ ਕਿ ਕਹੇ ਨਹੀਂ ਗੱਲ ਮੈਂ ਪ੍ਰਿੰਸੀਪਲ ਤੇ ਮਾਲਕਾਂ ਦੀ ਕਰਦਾ ਵੀ ਭਾਈ ਡਰਾਈਵਰਾਂ ਨੂੰ ਚੈੱਕ ਕਰਨਾ ਚਾਹੀਦਾ ਵੀ ਕੋਈ ਬਿਮਾਰੀ ਤਾਂ ਨਹੀਂ ਸ਼ਰਾਬ ਤਾਂ ਨਹੀਂ ਪੀਂਦਾ ਬਾਈ ਇਹਨਾਂ ਸਹੀ ਆ ਪ੍ਰਾਣੀਆਂ ਤਾਂ ਨਹੀਂ ਹੈਗੀਆਂ ਕਵਾੜ ਤਾਂ ਨਹੀਂ ਹੈਗੀਆਂ ਠੀਕ ਆ ਤੇ ਗੱਲ ਤਾਂ ਇਹ ਆ ਹੁਣ ਮਾਂ ਪਿਓ ਦਾ ਥੋੜਾ ਇੱਕ ਠੀਕ ਹੈ ਮਾਂ ਪਿਓ ਦਾ ਵੀ ਹੱਕ ਆ ਵੀ ਇਹਦੇ ਬੱਚਿਆਂ ਦੀ ਗੌਰ ਰੱਖਣ ਬੈਨਾਂ ਦੀ ਗੌਰ ਰੱਖਣ ਪਰ ਪ੍ਰਿੰਸੀਪਲ ਤੇ ਮਾਲਕਾਂ ਦਾ ਹੈ ਨਹੀਂ ਹੱਕ ਵੀ ਅਸੀਂ ਬੈਨਾਂ ਕਹੇ ਜੀਆਂ ਲੱਗੀਆਂ ਸਾਡੇ ਠੀਕ ਹੈ ਇੱਕਦਾਂ ਨੂੰ ਥੱਲੇ ਗਲਤ ਕਮੈਂਟ ਕਰੀ ਜਾਣਗੇ ਜੇ ਕੋਈ ਚੰਗਾ ਕੰਮ ਕਰਦਾ ਉਹਦੇ ਵਿਰੁੱਧ ਵੀ ਲਾ ਮੇਰੇ ਥੱਲੇ ਵਿੱਚ ਦੋ ਤਿੰਨ ਗਲਤ ਕਮੈਂਟ ਕਰੀ ਜਾਓ ਯਾਰ ਮੈਂ ਸੱਚ ਹੱਕ ਤੇ ਬੋਲਣਾ ਜੇ ਤੁਸੀਂ ਆਪ ਨਹੀਂ ਕੁਝ ਕਰਨਾ ਕਿਸੇ ਨੂੰ ਤਾਂ ਕਰ ਲੈ ਕਰਨ ਦੇ ਠੀਕ ਹੈ ਤੇ ਇਹਨਾਂ ਨੇ ਸਰਕਾਰ ਨੇ ਸਰਕਾਰੀ ਸਕੂਲਾਂ ਦਾ ਪੱਠਾ ਬਾਤ ਤੇ ਪ੍ਰਾਈਵੇਟ ਬਾਦ ਫੁੱਲ ਗਏ ਜਿਵੇਂ ਬਾਬਾ ਪੁੱਸਾਂ ਦੇ ਨਾਲ ਆਮਰਬੇਲ ਵਾਂਗੂ ਬਾਦ ਆਏ ਬਾਦ ਫੁੱਲ ਗਏ ਇਹ ਇਹਨਾਂ ਨੇ ਪਾਤਾ ਗੰਦ ਕਿਤੇ ਕਹਿੰਦਾ ਟੂਰ ਲੈ ਕੇ ਜਾਂਦੇ ਜੀ ਫੀਸ ਭਰ ਦਿਓ ਕਿਤੇ ਕਹਿੰਦਾ ਜੀ ਨੱਚਣ ਗਾਉਣ ਦਾ ਪ੍ਰੋਗਰਾਮ ਹੈ ਅਸੀਂ ਜਵਾਕਾਂ ਨੂੰ ਯਾਰ ਆਰਕੈਸਟਰ ਲੈ ਬਣਾਉਣਾਗਾ ਉਹੀ ਮਾਰੀ ਜਾਂਦੇ ਰਹਿਣਾ ਪਕਾਈ ਸਾਡੇ ਕੋਲ ਇੰਨਾ ਜੱਟਾਂ ਕੋਲੇ ਪੈਸੇ ਕਿੱਥੇ ਆ ਵੀ ਐ ਫਕਸਣਾ ਦੇ ਸੀ ਪੈਸੇ ਭਰੇ ਜਾਈਏ ਜਦੋਂ ਪੜ੍ਹ ਲਿਖ ਗਏ ਆਪੇ ਟੂਰਾਂ ਤੇ ਜਾਈ ਜਾਣਗੇ ਆਪੇ ਫਕਸਣਾ ਦੇ ਜਾਈ ਜਾਣਗੇ ਨੌਕਰੀਆਂ ਤੇ ਜਦੋਂ ਲੱਗ ਗਏ ਤੇ ਬਾਈ ਡਰਾਈਵਰ ਬਹੁਤ ਵਧੀਆ ਵੀ ਹੋ ਗਏ ਪਰ ਇਹ ਘੱਟ تنਖਾਹ ਵਾਜਦਾ ਉਹ ਬਾਈ ੱੱਕਾ ਦਾ ਕਰਦੇ ਆ ਇਹ ਯਾਰ ਬਾਈਨਾ ਵੀ ਘੱਟ ਰੇਟ ਚ ਪਾਉਂਦੇ ਆ ਇਹ ਇਹ ਬਹੁਤ ਕੁਸ਼ ਕਰਦੇ ਆ ਡਰਾਈਵਰ ਵੀ ਘੱਟ ਰੇਟ ਚ ਰੱਖਦਾ ਬਹੁਤ ਕੁਸ਼ ਕਰਦੇ ਇਹ ਗੰਦ ਪਾਉਂਦੇ ਆ ਤੇ ਜੜੀਆਂ ਮੈਡਮਾਂ ਰੱਖਿਆ ਵੀ ਉਥੇ ਮਾਸਟਰ ਰੱਖੇ ਵੇ ਉਹਨਾਂ ਦੀ ਹੂੰ ਤਾਂ 10 ਕੁ ਦਾ ਕਰਾ ਲੈਂਦੇ ਆ 15-15000 ਤੇ تنਖਾ ਉਹਨਾਂ ਨੂੰ 4-4000 1000 ਦਿੰਦੇ ਆ ਇਹ ਇਹਦਾ ਬਿਜ਼ਨਸਮੈਨ ਬਣ ਕੇ ਲੁੱਟ ਕੇ ਖਾ ਕੇ ਪ੍ਰਾਈਵੇਟ ਸਕੂਲ ਇਹ ਤੁਸੀਂ ਯਾਰ ਸਰਨਾਜ ਲਈਆਂ ਤੇ ਕੀ ਕਰੋਗੇ ਲੌਂਗੋ ਵਾਲਿਆਂ ਨੂੰ ਜਾਂ ਫਤੇਬੀਰ ਨੂੰ ਸਰਨਾਜ ਲਈ ਦਿੱਤੀ ਸਰਨਾਜ ਨਹੀਂ ਦੇ ਕੇ ਨੀ ਕੋਈ ਕਹਿੰਦਾ ਸਿਸਟਮ ਬਦਲਣਾ ਪਊ ਸਿਸਟਮ ਚੋਂ ਉੱਤਰੋ ਲੜਿਆ ਕਰੋ ਇਹਨਾਂ ਨਾਲ ਸਰਕਾਰੀ ਇਹਨਾਂ ਪ੍ਰਾਈਵੇਟ ਸਕੂਲਾਂ ਨੇ ਤਾਂ ਪੁੱਛੋ ਪਹਿਲਾਂ ਸਰਕਾਰ ਨੇ ਪੱਠਾ ਵਾਤਾ ਸਰਕਾਰੀ ਸਕੂਲ ਫੇਲ ਕਰਤੇ ਤਾਂ ਪ੍ਰਾਈਵੇਟ ਸਾਨੂੰ ਜਾਣਾ ਪੈਂਦਾ ਪ੍ਰਾਈਵੇਟਾਂ ਨੇ ਸਾਡੀ ਸੈਲ ਸੈਲ ਲਾਤੀ ਸੈਲਾ ਇੰਨਾ ਗੁੰਡਾਗਰਦੀ ਪ੍ਰਾਈਵੇਟ ਸਕੂਲਾਂ ਚ ਇੰਨੀਆਂ ਫੀਸਾਂ ਵਧਾਈ ਜਾਂਦੇ ਆ ਨਜਾਇਜ਼ ਆ ਫਿਰ ਇੱਕ ਛੜਿਆ ਏਸੀ ਟਾਂਕ ਕੇ ਕਮਰੇ ਚ ਉਹਦੇ ਪੈਸੇ ਲਈ ਜਾਂਦੇ ਆ ਕਹਿੰਦੇ ਵੀ ਸਾਡੇ ਤੇ ਏਸੀ ਲੱਗਿਆ ਫਿਰ ਜਦੋਂ ਸੁੱਟੀਆਂ ਹੋ ਜਾਂਦੀਆਂ ਮੇਰੀ ਇੱਕ ਗੱਲ ਹੋਰ ਸੁਣੋ ਜਦੋਂ ਗਰਮੀ ਦੀਆਂ ਜਦੋਂ ਸੁੱਟੀਆਂ ਹੁੰਦੀਆਂ ਉਹ ਮਹੀਨੇ ਦੀ ਵੀ ਫੀਸ ਭਰਉਂਦੇ ਆ ਸਾਥੋਂ ਗਰਮੀ ਦੀਆਂ ਜਦੋਂ ਸੁੱਟੀ ਹੁੰਦੀਆਂ ਨਾ ਸੁੱਟੀਆਂ ਉਹਦੀ ਵੀ ਸਾਥੋਂ ਫੀਸ ਭਰਉਂਦੇ ਆ ਇਹ ਤਾਂ ਲਟੇਰੇ ਬਣ ਗਏ ਇੰਨਾ ਲੁੱਟਦੇ ਆ ਪ੍ਰਾਈਵੇਟ ਸਕੂਲਾਂ ਨੇ ਜਿੰਨੇ ਵੀ ਕਹੇ ਨੇ ਯਾਰ ਇੰਨਾ ਵਿਰੋਧ ਉੱਠੋ ਯਾਰ ਇੰਨਾ ਵਿਰੋਧ ਬਾਹਰ ਠੀਕ ਹੈ ਕੀ ਤੁਸੀਂ 12ਵੀਂ 2015, 2016 ਜਾਂ 2017 ਚ ਪਾਸ ਕੀਤੀ ਹੈ ਤੁਹਾਨੂੰ ਲੱਗਦਾ ਤੁਹਾਡਾ ਪੜਾਈ ਤੋਂ ਬਾਅਦ ਗੈਪ ਪੈ ਗਿਆ ਤੇ ਰਿਜੈਕਸ਼ਨ ਹੋਣ ਦੇ ਡਰ ਤੋਂ ਤੁਹਾਡਾ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਨਹੀਂ ਹੋ ਪਾਰਿਆ ਹੁਣੇ ਫੋਨ ਚੱਕੋ ਆਪਣੀ ਅਪਾਇੰਟਮੈਂਟ ਬੁੱਕ ਕਰੋ ਤੇ ESS ਗਲੋਬਲ ਦੇ ਕੈਨੇਡਾ ਸੈਮੀਨਾਰ ਦਾ ਹਿੱਸਾ